trip, giving me hopeless illusion, hopeless illusion. Baby, I should've known that it ain't real. How'd you know how to get into my feelings? You're a trip, giving me hopeless illusion, hopeless illusion, hopeless illusion. ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਔਰ ਮੁਬਾਰਕਾਂ ਸਾਡੇ ਵੀਰ ਨੂੰ। ਅੱਜ ਆਪਾਂ ਇਹਨਾਂ ਨੂੰ ਨਵੀਂ XUV ਮੰਗਾ ਕੇ ਦਿੱਤੀ ਆ। ਔਰ ਇਹ ਵੀਰ ਕਹਿੰਦੇ ਵੀ ਡਿਲੀਵਰੀ ਵੀ ਅਸੀਂ ਤੁਹਾਡੇ ਸ਼ੋਰੂਮ 'ਚ ਲੈਣੀ ਨਵੇਂ 'ਚੋਂ, ਅਤੇ ਸਪੈਸ਼ਲ ਆਪਾਂ ਸ਼ੋਰੂਮ ਦੀ ਬਜਾਏ ਆਪਣੇ ਸ਼ੋਰੂਮ 'ਚ ਡਿਲੀਵਰੀ ਕਰਾ ਰਹੇ ਹਾਂ। ਉਹਨਾਂ ਨੂੰ ਪੁੱਛਦੇ ਕਿਹੜੀ ਜਗ੍ਹਾ ਤੋਂ ਆਏ ਆ ਔਰ ਸਾਡਾ ਸ਼ੋਰੂਮ ਦੇਖਿਆ ਅਤੇ ਕਿੱਦਾਂ ਦੀਆਂ ਕਾਰਾਂ ਲੱਗੀਆਂ। ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ। ਕਿਹੜੀ ਜਗ੍ਹਾ ਤੋਂ ਆਏ ਜੀ? ਅਸੀਂ ਭਾਅ ਜੀ ਨੀਅਰ ਬਟਾਲਾ ਡੇਰੀਵਾਲ ਦਰੋਗਾ ਤੋਂ ਆਏ ਹਾਂ। ਠੀਕ ਹੈ ਜੀ। ਹਾਂਜੀ, ਅਤੇ ਤੁਹਾਨੂੰ ਪਤਾ ਤੁਹਾਡੇ ਨਾਲ ਫੈਮਿਲੀ ਰਿਲੇਸ਼ਨ ਵਾ, ਅਤੇ ਗੱਡੀ ਸ਼ੁਰੂ ਤੋਂ ਮਤਲਬ ਇੰਨਾ ਪਿਆਰ ਬਣਿਆ ਤਾਂ ਇੰਨਾ ਯਕੀਨ ਬਣਿਆ ਵਾ, ਜਦੋਂ ਵੀ ਆਏ ਤੁਹਾਡੇ ਕੋਲ ਹੀ ਆਏ। ਠੀਕ ਹੈ। ਤੁਹਾਨੂੰ ਜਿਹੜੀ ਨਵੀਂ ਗੱਡੀ ਆਈ ਮੰਗਾ ਕੇ ਦਿੱਤੀ ਆ, ਕਿੱਦਾਂ ਲੱਗੀ? ਬਹੁਤ ਵਧੀਆ। ਸਾਡੇ ਸ਼ੋਰੂਮ ਜਿਹੜੀਆਂ ਕਾਰਾਂ ਖੜੀਆਂ ਉਹ ਕਿੱਦਾਂ ਲੱਗੀਆਂ? ਬਹੁਤ ਵਧੀਆ ਸਾਰੀਆਂ, ਤਕਰੀਬਨ ਸਾਰਾ ਜਿੰਨਾ ਵੀ ਸਟੋਕ ਸਾਰਾ ਨਿਊ ਆ। ਠੀਕ ਹੈ। ਅਤੇ ਨਾਲੇ ਕੱਲ੍ਹ ਗੱਲ ਕੀਤੀ ਤਾਂ ਅੱਜ ਗੱਡੀ ਮਿਲ ਗਈ। ਬਹੁਤ ਬਹੁਤ ਧੰਨਵਾਦ। ਨਹੀਂ ਬਹੁਤ, ਕੱਲ੍ਹ ਵੀ ਸ਼ਾਮੀ ਤੁਸੀਂ ਲੇਟ ਆਏ, ਨਹੀਂ ਤਾਂ ਮੈਂ ਰੇਂਜ ਤਾਂ ਤੁਹਾਨੂੰ ਇੱਕ ਦਿਨ ਹੀ ਕਰਨਾ। ਕੱਲ੍ਹ ਹੀ ਕਰਨਾ। ਔਰ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਜੀ। ਤੁਹਾਨੂੰ ਬਹੁਤ ਹੀ ਆਹ ਜਿਹੜਾ ਸਾਡਾ ਸ਼ਰਾਰਤੀ, ਥੈਂਕ ਯੂ ਵੈਲਕਮ। ਔਰ ਮੁਬਾਰਕਾਂ ਭਾਈ ਨੂੰ ਬਹੁਤ ਬਹੁਤ ਜੀ। ਔਰ ਸਾਡੇ 'ਤੇ ਇਹਨਾਂ ਨੇ ਫੇਤ ਕਰਕੇ ਸਾਨੂੰ ਕਹਿੰਦੇ ਜਿੱਥੋਂ ਮਰਜ਼ੀ ਸਾਨੂੰ ਕਾਰ ਮੰਗਾ ਕੇ ਦਿਓ, ਅਸੀਂ ਨਵੀਂ ਕਾਰ ਲੈਣੀ ਔਰ ਲੈਣੀ ਵੀ ਇੱਥੋਂ ਡਿਲੀਵਰੀ ਤੁਹਾਡੇ ਕੋਲੋਂ। ਔਰ ਧੰਨਵਾਦ ਕਰਦੇ ਹਾਂ, ਸਾਡਾ ਵੀ ਬਹੁਤ ਮਨ ਖੁਸ਼ ਹੁੰਦਾ ਜਦੋਂ ਸਾਡਾ ਕੋਈ ਵੀਰ ਦਾਣ ਕੇ ਕਹਿੰਦਾ ਨਾ। ਔਰ ਥੈਂਕ ਯੂ ਸਾਰਿਆਂ ਦਾ ਜੀ, ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਜੀ। ਤੁਹਾਨੂੰ ਭੈਣ ਜੀ ਮੁਬਾਰਕਾਂ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਸਤਿ ਸ਼੍ਰੀ ਅਕਾਲ ਇੰਡੀਅਨ ਵਾਲਿਆਂ ਨੂੰ ਔਰ ਐਨਾ ਵੀਰਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਅੱਜ ਫਿਰ ਦੁਬਾਰਾ ਨਵੇਂ ਬਲੌਗ 'ਚ, ਭੰਡਾਰੀ ਕਾਰਜਾਂ ਦੇ ਨਵੇਂ ਬਲੌਗ 'ਚ ਨਵੀਆਂ ਗੱਡੀਆਂ ਨਾਲ ਆਪਣੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ। ਔਰ ਥੈਂਕਸ ਕਰਦੇ ਹਾਂ ਸਾਡੇ ਵੀਰਾਂ ਨੇ ਕੱਲ੍ਹ ਵਾਲੀ ਵੀਡੀਓ 'ਚ ਵੀ ਬਹੁਤ ਸਾਰਾ ਪਿਆਰ ਦਿੱਤਾ ਔਰ ਬਹੁਤ ਸਾਰੇ ਕਮੈਂਟ ਕੀਤੇ। ਔਰ ਸਾਰਿਆਂ ਧੰਨਵਾਦ ਕਰਦੇ ਹਾਂ ਵੀ ਦੂਰੋਂ ਦੂਰੋਂ ਸਾਡੇ ਬੰਦੇ ਵੀਰ ਵੀਡੀਓ ਨੂੰ ਸ਼ੇਅਰ ਵੀ ਕਰ ਰਹੇ ਆ ਔਰ ਮੈਨੂੰ ਕਾਫੀ ਕਾਲਸ ਵੀ ਬਾਹਰੋਂ ਆਈਆਂ। ਔਰ ਥੈਂਕਸ ਆਪਾਂ ਸਾਰਿਆਂ ਨਾਲ ਕਰਦੇ ਔਰ ਆਪਾਂ ਉਮੀਦ ਕਰਦੇ ਹਾਂ ਸਾਡੇ ਵੀਰ ਇੱਦਾਂ ਹੀ ਸਾਡੇ ਨਾਲ ਜੁੜੇ ਰਹਿਣਗੇ ਔਰ ਸਾਡੇ ਵੀਰ ਗਾਂ ਤੋਂ ਗਾਂ ਮੇਰੀ ਵੀਡੀਓ ਜ਼ਰੂਰ ਸ਼ੇਅਰ ਕਰਨਗੇ ਤਾਂ ਜੋ ਤੁਹਾਡੇ ਰਿਸ਼ਤੇਦਾਰ, ਯਾਰ ਦੋਸਤ, ਸਾਡੀਆਂ ਭੈਣਾਂ ਜੋ ਵੀ ਵੀਡੀਓ ਦੇਖਣਗੇ ਉਹ ਸਾਡੇ ਕੋਲ ਵੀਡੀਓ ਦੇਖ ਕੇ ਕਾਰ ਪਰਚੇਜ ਕਰਨ ਲਈ ਇੱਕ ਵਾਰੀ ਵਿਜਿਟ ਜ਼ਰੂਰ ਕਰਨਗੇ ਔਰ ਵਿਜਿਟ ਕਰਨਗੇ ਅਤੇ ਔਰ ਭੰਡਾਰੀ ਵੀਰ ਤੁਹਾਨੂੰ ਕਦੀ ਖਾਲੀ ਨਹੀਂ ਮੋੜੂਗਾ ਔਰ ਕਾਰ ਦੇ ਕੇ ਹੀ ਤੋਰੇਗਾ। ਔਰ ਅੱਜ ਆਪਾਂ ਆਪਣੇ ਵੀਰਾਂ ਵਾਸਤੇ ਸਪੈਸ਼ਲ, ਜਿੱਦਾਂ ਕਿ ਸਾਡੇ ਵੀਰ ਕਹਿੰਦੇ ਸੀ ਕੋਈ ਵਧੀਆ ਕਾਰ ਵਧੀਆ ਅਸੈਸਰੀ ਵਾਲੀ ਲਿਆ ਕੇ ਦਿਉ, ਆਪਾਂ ਆਪਣੇ ਵੀਰਾਂ ਵਾਸਤੇ ਘੱਟੋ ਘੱਟ 3 ਤੋਂ 3.5 ਲੱਖ ਰੁਪਏ ਦੀ ਅਸੈਸਰੀ ਲੱਗੀ ਕਾਰ ਨੂੰ, ਉਹ ਵੀ ਲੈ ਕੇ ਆਏ ਹਾਂ। ਹੋਰ ਵੀ ਛੋਟੀਆਂ ਕਾਰਾਂ ਆਪਾਂ ਲੈ ਕੇ ਆਏ, ਆਟੋਮੈਟਿਕ ਵੀ ਲੈ ਆਏ ਹਾਂ ਪਰ ਆਪਾਂ ਆਪਣੇ ਵੀਰਾਂ ਨੂੰ ਸਾਰੀਆਂ ਕਾਰਾਂ ਦਿਖਾਵਾਂਗੇ। ਔਰ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਿ ਸਾਡੇ ਵੀਰ ਕਹਿੰਦੇ ਵੀ ਕਿੰਨਾ ਕੁ ਲੋਨ ਹੋ ਜਾਏਗਾ। ਮੰਨ ਲਓ ਥੰਬਨੇਲ ਤੋਂ ਤੁਸੀਂ ਦੇਖ ਲਿਆ ਵੀ ਆਪਾਂ ਜਿਸ ਕਾਰ ਦੀ ਗੱਲ ਕਰਾਂਗੇ, ਇਸ ਕਾਰ ਦਾ ਤੁਸੀਂ ਜ਼ਿਆਦਾ ਤੋਂ ਜ਼ਿਆਦਾ 3 ਤੋਂ 4 ਲੱਖ ਰੁਪਏ ਸਾਨੂੰ ਦਿਓ, ਬਾਕੀ ਸਾਰਾ ਲੋਨ ਕਰ ਦਾਂਗੇ ਜੀ। ਹੋਰ ਵੀ 80% ਤੱਕ ਆਪਾਂ ਲੋਨ ਕਰਕੇ ਦਿੰਦੇ ਹਾਂ ਔਰ ਸੇਮ ਡੇ ਹੀ ਕਾਰ ਡਿਲੀਵਰ ਕਰਦੇ ਹਾਂ ਔਰ ਸੇਮ ਡੇ ਹੀ ਲੋਨ ਕਰਦੇ ਹਾਂ। ਉਹ ਜਿਹੜਾ ਲੋਨ ਆ ਉਹ ਆਪਾਂ ਸਪੈਸ਼ਲ ਬੈਂਕ ਤੋਂ ਕਰਾ ਕੇ ਦਿੰਦੇ ਹਾਂ, ਨਾ ਕਿ ਆਪਾਂ ਕਿਸੇ ਫਾਈਨਾਂਸਰ ਤੋਂ। ਔਰ ICICI ਬੈਂਕ, HDFC ਬੈਂਕ, ਕੋਟਕ ਬੈਂਕ, ਇਹਨਾਂ ਬੈਂਕਾਂ ਤੋਂ ਆਪਾਂ ਲੋਨ ਕਰਕੇ ਦਿੰਦੇ ਹਾਂ ਔਰ ਹਰ ਟਾਈਮ ਆਪਣੇ ਕੋਲ ਲੜਕੇ ਦਫ਼ਤਰ 'ਚ ਹਾਜ਼ਰ, ਸਵੇਰੇ 9 ਤੋਂ ਸ਼ਾਮੀ 7 ਵਜੇ ਤੱਕ ਤੁਹਾਡੀ ਸੇਵਾ 'ਚ ਹਾਜ਼ਰ ਬੈਠੇ ਹੁੰਦੇ ਆ। ਜਦੋਂ ਮਰਜ਼ੀ ਆਪਣੇ ਡਾਕੂਮੈਂਟ ਲੈ ਕੇ ਆਓ, ਆਪਾਂ ਸੇਮ ਡੇ ਹੀ ਕਾਰ ਤੁਹਾਨੂੰ ਡਿਲੀਵਰ ਕਰਾਂਗੇ। ਔਰ ਇੱਕ ਹੋਰ ਗੱਲ, ਸਾਡੇ ਵੀਰ NRI ਬਹੁਤ ਹੁਣ ਬਾਹਰੋਂ ਆ ਰਹੇ ਆ ਔਰ ਕੁਛ ਵੀਰ ਸਾਡੇ ਇੱਦਾਂ ਦੇ ਕਹਿੰਦੇ ਵੀ ਆਪਾਂ 1-2 ਮਹੀਨਾ ਰਹਿਣਾ, ਆਪਾਂ ਕੱਲ੍ਹ ਦੀ ਵੀਡੀਓ 'ਚ ਵੀ ਦੱਸਿਆ ਸੀ, ਉਹਨਾਂ ਵਾਸਤੇ ਸਪੈਸ਼ਲ ਔਫਰ ਹੈ ਜੀ। ਸਾਡੇ ਵੀਰ ਆਣ ਕੇ ਸਾਡੇ ਨਾਲ ਕੋਈ ਵੀ ਕਾਰ ਸਾਡੇ ਨਾਲ ਪਰਚੇਜ ਕਰਕੇ ਖੜ ਸਕਦੇ ਔਰ ਸਾਡੇ ਨਾਲ ਰਿਟਰਨ 'ਚ ਹੀ ਕਰ ਲੈਣ ਵੀ ਅਸੀਂ 2 ਮਹੀਨੇ ਜਾਂ 1 ਮਹੀਨਾ ਰਹਿਣਾ, ਉਹਦੇ ਹਿਸਾਬ ਨਾਲ ਆਪਾਂ ਉਹਨਾਂ ਨੂੰ ਨਾਲ ਹੀ ਦੱਸ ਦੇਣਾ ਸਰ ਤੁਸੀਂ ਇੰਨੇ ਦੀ ਕਾਰ ਸਾਨੂੰ ਵਾਪਸ ਕਰਕੇ ਆਪਣੇ ਪੈਸੇ ਆਪਣੇ ਅਕਾਊਂਟ 'ਚ ਸ਼ਿਫਟ ਕਰਕੇ ਜਾ ਸਕਦੇ ਹਾਂ। ਔਰ ਜੈਨੂਨ ਜੇ ਹੋਣਗੇ, ਇਹ ਵੀ ਨਹੀਂ ਕੋਈ ਤੁਹਾਨੂੰ ਹੋਏਗਾ ਵੀ ਪਤਾ ਨਹੀਂ ਮੈਂ 2 ਮਹੀਨੇ ਬਾਅਦ ਮੈਨੂੰ ਕਿੰਨਾ ਕੁ ਲੋਸ ਹੋ ਜਾਏਗਾ, ਔਰ ਜੈਨੂਨ ਆਪਾਂ ਜਦੋਂ ਕਾਰ ਦੇਵਾਂਗੇ ਉਦੋਂ ਹੀ ਲਿਖ ਦਾਂਗੇ ਵੀ ਇੰਨੇ ਦੀ ਕਾਰ ਆਪਾਂ ਆਪਣੇ ਵੀਰਾਂ ਨੂੰ ਦੇ ਦਾਂਗੇ ਅਤੇ ਇੰਨੇ ਦੀ ਵਾਪਸ ਲੈ ਲਾਂਗੇ। ਉਹਦੇ ਵਿੱਚ ਤੁਹਾਨੂੰ ਇਹ ਹੋਏਗਾ ਵੀ ਤੁਹਾਡੇ ਪੈਸੇ ਤੁਹਾਨੂੰ ਪਤਾ ਲੱਗ ਜੂ ਕਿ ਸਾਡੀ ਪੈਸੇ ਕਿੰਨੇ ਸੇਫ ਬੈਠੇ ਆ ਜੀ। ਔਰ ਬਾਕੀ ਰਹੀ ਲੋਕੇਸ਼ਨ ਦੀ ਗੱਲ, ਸਾਡੇ ਵੀਰ ਜਿੱਥੋਂ ਵੀ ਕਿਤੇ ਆਉਣਾ ਚਾਹੁੰਦੇ ਆਪਣੀ ਗੂਗਲ 'ਤੇ ਲੋਕੇਸ਼ਨ ਲਾ ਕੇ ਭੰਡਾਰੀ ਕਾਰ ਬਾਜ਼ਾਰ ਭੋਗਪੁਰ ਡਿਸਟ੍ਰਿਕਟ ਜਲੰਧਰ, ਇਹ ਲੋਕੇਸ਼ਨ ਲਾ ਕੇ ਸਾਡੇ ਕੋਲ ਡਾਇਰੈਕਟ ਆ ਸਕਦੇ ਆ ਔਰ ਡਾਇਰੈਕਟ ਸਾਡੇ ਨਾਲ ਆਣ ਕੇ ਡੀਲ ਕਰੋ। ਆਪਾਂ ਪੂਰੀ ਕੋਸ਼ਿਸ਼, 100% ਕੋਸ਼ਿਸ਼ ਵੀ ਸੇਮ ਡੇ ਹੀ ਆਪਾਂ ਆਪਣੇ ਵੀਰਾਂ ਨੂੰ ਕਾਰ ਡਿਲੀਵਰ ਕਰਕੇ ਦੇਵਾਂਗੇ। ਔਰ ਜਿਸ ਤਰ੍ਹਾਂ ਕਿ ਸਾਡੇ ਵੀਰ ਕਹਿੰਦੇ ਆ ਵੀ ਸਾਨੂੰ ਕੋਈ ਗੱਡੀ ਦੀਆਂ ਸਨੈਪ ਚਾਹੀਦੀ ਹੁੰਦੀਆਂ, ਤੁਹਾਡੇ ਕੋਲ ਸਟੋਕ ਕੀ ਖੜਾ, ਆਪਾਂ ਉਹਨਾਂ ਵਾਸਤੇ ਵੀ ਦੱਸ ਦਿੰਦੇ ਹਾਂ ਜੀ। ਇੱਕ ਬੱਚਿਆਂ ਨੇ ਇੱਕ ਆਪਣੀ ਇੰਸਟਾਗ੍ਰਾਮ 'ਤੇ ID ਬਣਾਈ, ਉਹ ਵੀ ਆਪਾਂ ਮੈਂਸ਼ਨ ਕਰ ਦਾਂਗੇ, ਤੁਸੀਂ ਉੱਤੇ ਦੇਖ ਸਕਦੇ ਹੋ। ਔਰ ਪਲੱਸ
जिस तरह अपने कारां दी तुसीं स्नैप देखनी जां साडा स्टॉक देखना उहदे वास्ते मैं तुहानूं नंबर बोल भी दिंदा और नीचे आ भी जाएगा 9870804061। ये नंबर तुसीं सेव करके इहदा वट्सअप खोलना जी। वट्सअप खोलोगे उपरले राइट हैंड ते एक छोटी जी किताब दा साइन बनेगा, जिस तरह तुसीं उहनूं टच करोगे साडा पूरा स्टॉक खुल जाएगा। उहदे विचों जिहड़ी भी तुसीं कार देखनी उहनूं टच करना, उहदा पूरा वेरवा और एक एक कार दीआं 4-5 स्नैप दित्तीआं गईआं। इस करके सर अपने तुसीं बच्चिआं नाल फैमिली नाल बह के वीर सारे देख सकते हैं, घर बैठे अपनी फैमिली ने सारी साड़ा जो स्टॉक खड़ा सारा तुसीं देख सकते हैं। आओ हुण आपां करदे ब्लॉग स्टार्ट जी। ये सर आपां जिस तरह के दस्सिया अपने वीर वास्ते स्पैशल बहुत वधिया कंडीशन च थार लैके आए, जिसकी कंडीशन तुसीं देखदे फ्रंट तो देखो तुसीं। सब तो पहला आपां इहदे नंबर की गल करते हैं, पेड नंबर लगा आ 0090 और प्रोजैक्टर लैंप गार्ड बहुत महंगा और रेंगलर की यदि फ्रंट ग्रिल और ओरिजिनल ग्रिल भी आपां नूं नाल ही मिलेगी ते रेंगलर की ग्रिल भी एक्सट्रा पैसे बंदे ने खर्चे और जिस वीर ने साडे गड्डी तैयार कराई उन्होंने बहुत शानदार कार तैयार कराई है और रूहना कराई है। और देखो गार्ड प्रोजैक्टर लैंप रेंगलर की ग्रिल छोटा नंबर ये फ्रंट दे देखो घट तो घट नॉर्मल ज़्यादा नहीं तो आप 40-50 हज़ार रुपया समान जो कि फ्रंट पर ही लगा कार नूं। हुण आपां इहदे लाइन ते चलदे जी। मेरे हिसाब नाल पूरे पंजाब दे विच बहुत घट वीर ने इदा के लाए लवाए हो गए और 20 नंबर के LT सब तो बड़े टायर लाए लगे, नॉर्मल 2.5 to 3 lakh रुपए के अलाए टायर एक्सट्रा लगे जी। थानू नंबर भी सारा दिखा देने, ये सारे तकरीबन 33-12.5 BLT ये नंबर तकरीबन बाहरले टायर के नंबर होंगे आ, जिदा कि USA बाहर ये टायर चलते हैं और साढ़े वीर ने जिन्हें लवाए स्पैशल रूह ना। और तुसीं देख सकते हो सारी डी क्रोम लगी आ। और हुण आपां दी फ्रंट दे अंदर दी गल करदे हां, सारे इंटीरियर वाइज देखो लाइटिंग बहुत जबरदस्त सारी डोर ते करवाई, AC बलोर ते भी लाइटिंग, सारी लाइटिंग देखो बहुत बहुत वधिया शानदार अंदरों कार तैयार कराई। आर्मरेस्ट तुसीं देखो सर, एक आर्मरेस्ट फ्रंट सीट ते दो आर्मरेस्ट पिछे लगे आ बैक सीट ते, जिहड़े दोनों वीर अपने को बैठणगे उन्हां नूं भी किसी चीज़ की दिक्कत नहीं आ सकती। और लैदर दे बकट फिटिंग सीट कवर नॉर्मल 15-20 हज़ार रुपए के एक्सट्रा बहुत वधिया लगे। और नीचे मैटिंग फुल मैटिंग और 70 मैट सब तो महंगे कार नूं लगे हुए। ऑटोमैटिक वर्जन च डीजल वर्जन जी थार बिल्कुल ब्रैंड न्यू, एक मक्खी जिन्ना भी कार नूं कोई दाग कोई स्क्रैच नहीं। और देखो लाइटिंग ते भी डी क्रोम लाइटिंग कराई आ, बैक कैमरा और पंजे व्हील छोटा नंबर और फुल टोटल कार ओरिजिनल और जेन्युइन चली हुई कार फुली लाइटिंग कार नूं जबरदस्त मेरे वीर ने कराई है जिन्हें तैयार कराई कार। और इहदा तुसीं डोर दा ढक्कन जिहड़ा ना वह भी अंदरों स्विच ते करवा रख्या, उहदा हुंदा चाबी ना हुंदा कंपनी चों लेकिन अंदरों स्विच ते आपां करांगे। इह भी डीजल दा टैंक भी अंदरों ही ओपन हो जाएगा। देखो सारी कार दी फुली मॉडिफाई और ब्रांड न्यू कार बहुत घट चली कार है और इदा दी कार बहुत घट लगती है जिन्हों के घट तो घट नॉर्मल 3.5 to 4 lakh के करीब फुल एक्सेसरी कार लगी। ये सर आप कार दे देंगे 18 lakh रुपए की 2021 डीजल वर्जन ऑटोमैटिक ब्रांड न्यू फुल एक्सेसरी लगी हुई कार जी। ये सर अल्टो केटन आपां अपने वीर वास्ते जिदा की थार तैयार की इदा द ही अपने वीर ने कहे अल्टो केटन तैयार की 2019 मॉडल। फ्रंट तो आप हम नंबर की गल करते PB08 जलंधर का नंबर और पेड नंबर 2800 सिल्वर कलर दे विच ते अलाय टायर लगे जी घट तो घट नॉर्मल 45-50 हज़ार रुपए के 15 नंबर के अलाय टायर लो प्रोफाइल पलाटी के अलाय लगे जी इनू और ब्रैंड न्यू कार। हुण आपां इहदे अंदर इंटीरियर वाइज गल करदे आं, लैदर दे बकट फिटिंग सीट कवर लगे जी वह भी कॉस्टली और चाबी नूं सेंटर लॉकिंग भी देखो तुसीं एक्स्ट्रा अपने वीर ने करा रखी है। VXI मॉडल अल्टो केटन और छत ते भी पूरी ब्लैक टेपिंग बहुत वधिया करवाई एक्स्ट्रा पैसे खर्च के और डोर वाइजर
पिछे तुम देख सकते हो, देखो पिछों भी वधिया सेंसर पाइपिंग बहुत वधिया लगवाई है, लाइटिंग करवाई है और बहुत वधिया कंडीशन च कार, इदां दी घट चली हुई कार और नवी कार बहुत घट ही सर लभदी आ। और आपां अपने वीरां वास्ते स्पैशल लैके आए 2019 मॉडल अल्टो केटन VXI लोकल नंबर दी और 50,000 दे लाइटर एक्स्ट्रा लगे, ये सर आपां तुहानूं कार दे देंगे 4,00,000 रुपए की 2019 अल्टो केटन VXI फुल एक्सेसरी लगी हुई। ये सर वेन्यू पेट्रोल 2021 मॉडल लोकल हुशियारपुर का PB7 नंबर जी और बहुत वधिया कंडीशन च कार, फरवरी महीने की, अगले साल दे फरवरी महीने तक फुल इंश्योरेंस, बकट वाले लैदर के सीट कवर लगे, नीचे लैदर की मैटिंग हुई है जी और दोनों चाबियों के नाल और नाल दे ही पंजे टायर जी अपो 95-65-15। फर्स्ट ओनर ब्रांड न्यू कार, बंपर टू बंपर कोई स्क्रैच कोई डेंट नहीं कार ते, पेट्रोल वर्जन च एस वेरियंट, ये सारा आप तुहानू कार दे देंगे 7,90,000 रुपए की 2021 मॉडल पेट्रोल वर्जन ब्रांड न्यू कार ग्रे कलर दे विच जी। ये सर वरना जो कि स्पैशल साडे वीरां दी डिमांड ते भी डीजल वरना कोई घट बजट दी लैके आओ, आप अपने वीरां वास्ते 2015 मॉडल पुश बटन स्टार्ट वाली वरना वाइट कलर दे विच जेन्युइन 62,000-63,000 दे करीब कार चली और इंटीरियर वाइज भी कार बिल्कुल नवी, पुश बटन स्टार्ट वाला मॉडल और बहुत ही वधिया कंडीशन च कार है जी, अंदरों भी बाहरों भी चलावे च भी देखने च भी बहुत साफ सुथरी घट लगती है। आप डॉक्टर परसन को जिन्हें को कार लेती है और 1.6 दे विच PV32 नवेंशहर का नंबर, नंबर भी आप बोलते हैं जी PV32U1946, ये नंबर इस करके बोलिया किसी वीर ने कोई रिकॉर्ड भी चेक करवाना हो करवा सकता। और सारी कार जेन्युइन, ये दोनों बंपर रीपेंट है जी, मन के चलना कोई एक अद्धा को पीस होर कोई स्क्रैच तो आप रीपेंट उन्हें करवाया और फ्रंट तो दिखाने, फ्रंट सारा सील्ड, फेंडर के दोनों बोनट नट बिल्कुल सील्ड, बोनट के भी इस तरह ही ब्रांड बैटरी नवी है जी, इस तरह ही दूजी साइड के भी फेंडर और बोनट बिल्कुल सील्ड और इंजन की कंडीशन 20 मॉडल कार वर्गी जी, चलावा भी बिल्कुल नवे वर्गा कार का, ये सारा आप तुहानू कार दे देंगे 680,000 रुपए की डीजल वर्जन नवी ग्रिल दे विच वरना जी।